ਸਿੱਖੀ ਦੀ ਮਹਿਕ ਖਿੰਡਾਵਣ ਲਈ, ਸਿੱਖੀ ਦੀ ਮਹਿਕ ਖਿੰਡਾਵਣ ਲਈ ਬਾਗ ਨੂੰ ਹਰਿਆ ਰੱਖਣ ਲਈ, ਉਸ ਬਾਗ ਨੂੰ ਹਰਿਆ ਰੱਖਣ ਲਈ, ਲਹੂ ਜਿਗਰ ਦਾ ਪਾਇਆ ਗੋਬਿੰਦ ਨੇ, ਸਿੱਖੀ ਮਹਿਕ ਖਿੰਡਾਵਣ ਲਈ। ਪਹਿਲਾ ਬੰਦ ਦੇਖਣਾ ਸਤਸੰਗ, ਮੈਂ ਗਿੱਦੜੋ ਸ਼ੇਰ ਬਣਾਣੇ ਜਦ ਮਨ ਵਿੱਚ ਉਸਨੇ ਤਾਰ ਬਾਣ ਅਰਸ਼ ਦਾ ਤਾਰਾ ਚਮਕ ਪਿਆ, ਜਿਸ ਤਾੜ ਤੋਂ ਸੀਸ ਉਤਾਰ ਲਿਆ, ਜਿਸ ਤਾੜ ਤੋਂ ਸੀਸ ਉਤਾਰ ਲਿਆ, ਪੰਜਾਂ ਨੂੰ ਸਿੱਖੀ ਦੇਵਣ ਲਈ, ਇੱਕ ਇੱਕ ਅਜ਼ਮਾਇਆ ਗੋਬਿੰਦ ਨੇ। ਦੂਸਰਾ ਬੰਦ ਦੇਖਣਾ ਜੀ, ਮੁਰਦਾ ਦਿਲ ਜਿਉਂਦੇ ਕਰਨ ਲਈ, ਉਸ ਬੀਜ ਅਣਖ ਦਾ ਬੋਇਆ ਸੀ, ਤੱਕ ਜੱਗ ਤੋਂ ਵੱਖਰੀ ਬਣ ਚੇਲਾ ਪੰਥ ਪਿਆਰੇ ਦਾ, ਜਦ ਸੀਸ ਝੁਕਾਇਆ ਗੋਬਿੰਦ ਨੇ। ਇੱਕ ਸ਼ੇਰ ਹੋਰ ਦੇਖਣਾ, ਮੈਂ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਕਿਉਂਕਿ ਸਟੇਜੀ ਕਵੀ ਜਿਹੜਾ ਹੁੰਦਾ ਸਾਨੂੰ ਸਮਾਂ ਉੱਥੇ ਖੁੱਲ੍ਹਾ ਮਿਲਦਾ ਹੁੰਦਾ, ਮੈਂ ਬਹੁਤ ਸਮੇਂ ਦੀ ਸੀਮਾ ਵਿੱਚ ਇੱਕ ਦੋ ਬੰਦ ਕਹਿ ਕੇ ਆਪ ਜੀ ਪਾਸੋਂ ਖਿਮਾ ਮੰਗ ਲੈਣੀ ਆ। ਦੋ ਅੱਖ ਦੇ ਤਾਰੇ ਲੋਕਾਂ ਲਈ ਸ
ਸਰਹੰਦ ਵਿੱਚ ਭੇਟਾ ਕੀਤੇ ਨੇ ਦੁਆਰੇ ਨੇ ਚਮਕੌਰ ਅੰਦਰ ਜਿਨਾ ਜਾਮ ਸ਼ਹਾਦਤ ਪੀਤੇ ਨੇ ਦੇ ਜਾਨ ਪਿਤਾ ਦੀ ਦੁਖੀਆਂ ਲਈ ਮਜ਼ਲੂਮ ਬਚਾਇਆ ਗੋਬਿੰਦ ਨੇ। ਸਾਰੀ ਰਚਨਾ ਵਿੱਚੋਂ ਇੱਕ ਬੰਦ ਮੈਂ ਕਹਿ ਦਿੰਦਾ ਸਤ ਸੰਗਤ ਜੀ, ਉਹ ਅੰਮ੍ਰਿਤ ਦੀ ਦਾਤ ਲੈ ਕੇ ਸਤ ਸੰਗਤ ਕੀ ਪਰਿਵਰਤਨ ਆਇਆ ਉਹ ਸ਼ੇਰ ਸਾਂਝਾ ਕਰਨਾ ਚਾਹੁੰਦਾ ਹਾਂ। ਪੰਜ ਘੁੱਟਾਂ ਅੰਮ੍ਰਿਤ ਪੀ ਪੀ ਕੇ ਸਿੰਘ ਪੱਠੀਆਂ ਦੇ ਵਿੱਚ ਸੜਦੇ ਰਹੇ ਜਿੰਦਲਾ ਅਟਕਾਇਆ ਚੜਦੇ ਰਹੇ ਜੋ ਢਾਲ ਬਣਾਵੇ ਮਨੁੱਖਤਾ ਦੀ ਜੋ ਢਾਲ ਬਣੇ ਮਨੁੱਖਤਾ ਦੀ ਉਹ ਪੰਥ ਗੋਬਿੰਦ ਨੇ ਗੋਬਿੰਦ